ਸਾਰੇ ਦਰਸ਼ਕਾਂ ਦਾ ਸਵਾਗਤ। ਮੇਰੇ ਨਾਲ ਇਸ ਵੇਲੇ ਡਾਕਟਰ ਦਲਜੀਤ ਸਿੰਘ ਚੀਮਾ ਜੀ ਹੈਗੇ ਨੇ। ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਕਰਵਾਈ ਜਾ ਰਹੀ ਸਮਾਗਮ ਦੇ ਵਿੱਚ ਸ਼ਮੂਲੀਅਤ ਕਰਨ ਆਏ ਸੀ। ਪੰਜਾਬੀ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ, ਪਰ ਮੈਂ ਸਰਕਾਰ ਦੇ ਰੋਲ ਬਾਰੇ ਚੀਮਾ ਸਾਹਿਬ ਤੋਂ ਜਾਣਕਾਰੀ ਲੈਣਾ ਚਾਹੁੰਦਾ। ਚੀਮਾ ਸਾਹਿਬ, ਜਿਵੇਂ ਕੁਝ ਦਿਨਾਂ ਦੇ ਵਿੱਚ ਹੀ ਤਿੰਨ ਚਾਰ ਐਲਾਨ ਸਰਕਾਰ ਵੱਲੋਂ ਕਰ ਦਿੱਤੇ ਗਏ, ਇੱਕ ਤਾਂ ਅੰਗਰੇਜ਼ੀ ਨੂੰ ਲਾਜ਼ਮੀ ਕਰ ਦਿੱਤਾ ਗਿਆ, ਅਤੇ ਦੂਜਾ ਫੈਸਲਾ ਇਹ ਵੀ ਆਇਆ ਜੀ ਵੀ ਜਿਹੜੇ ਮਿਡਲ ਸਕੂਲਾਂ ਦੇ ਵਿੱਚ ਅਧਿਆਪਕ ਨੇ ਉਹਨਾਂ ਨੂੰ ਸਰਪਲਸ ਯਾਨੀ ਕਿ ਵਾਧੂ ਅਧਿਆਪਕ ਦੱਸਿਆ ਜਾ ਰਿਹਾ ਜੀ, ਅਤੇ ਉਹ ਪੰਜਾਬੀ ਦਾ ਅਧਿਆਪਕ ਦੂਜੇ ਸਕੂਲਾਂ ਦੇ ਵਿੱਚ ਜਾ ਕੇ ਹੁਣ ਹਿੰਦੀ ਪੜ੍ਹਾਉਣ ਜਾ ਰਿਹਾ ਜੀ। ਜਿਹੜੀ ਪਾਲਸੀ ਹੈ, ਮੈਂ ਪਹਿਲਾਂ ਵੀ ਇਹਦੇ 'ਤੇ ਖੁੱਲ੍ਹ ਕੇ ਸਟੇਟਮੈਂਟ ਵੀ ਦਿੱਤੀ ਹੈ, ਇਹਦੇ ਨਾਲ ਸਾਡੇ ਮਿਡਲ ਸਕੂਲ ਜਿਹੜੇ ਸਰਕਾਰੀ ਆ ਉਹਨਾਂ ਦਾ ਬਿਲਕੁਲ ਹੀ ਸੱਤਿਆਨਾਸ਼, ਕਿਉਂਕਿ 6 ਸਬਜੈਕਟ ਆ ਔਰ 6 ਸਬਜੈਕਟ ਪੜ੍ਹਾਉਣ ਵਾਸਤੇ ਅਲੱਗ ਅਲੱਗ ਵਿਸ਼ੇ ਦਾ ਜਿਹੜਾ ਅਧਿਆਪਕ ਆ ਹੋਣਾ ਜ਼ਰੂਰੀ ਹੈ। ਹੁਣ ਇਹ ਕਿਸੇ ਸਕੂਲ ਦੇ ਵਿੱਚੋਂ ਪੰਜਾਬੀ ਦਾ, ਹਿੰਦੀ ਦਾ, ਡਰਾਇੰਗ ਦਾ ਐਸ ਐਸ ਟੀਚਰ ਅਲੱਗ ਅਲੱਗ ਥਾਵਾਂ ਤੋਂ ਦੋ ਦੋ ਟੀਚਰ, ਜਿਹੜਾ ਵੀ ਟੀਚਰ ਕੱਢਣਗੇ ਉਹਦਾ ਸਬਜੈਕਟ ਕੌਣ ਪੜ੍ਹਾਏਗਾ। ਇਸ ਕਰਕੇ ਜੇ 4 ਹੀ ਸਬਜੈਕਟ ਰਹਿ ਗਏ ਤਾਂ ਮਿਡਲ ਸਕੂਲ ਜਿਹੜੇ ਆ ਇੱਥੇ ਬੱਚੇ ਕਿਵੇਂ ਭੇਜਣਗੇ? ਆਲਰੇਡੀ ਪੇਰੈਂਟਸ ਦੀ ਜਿਹੜੀ ਕੰਪਲੇਂਟ ਹੈ ਕਿ ਸਾਡੇ ਕੋਲ ਸਟਾਫ ਘੱਟ ਜੀ, ਜੇ ਤੁਸੀਂ ਅਫੀਸ਼ਲੀ ਦੋ ਦੋ ਪੋਸਟਾਂ ਪੱਕੇ ਤੌਰ 'ਤੇ ਤੁਸੀਂ ਸ਼ਿਫਟ ਕਰੋ ਤਾਂ ਫਿਰ ਸਬਜੈਕਟ ਵਾਈਜ਼ ਸਟੱਡੀ ਹੋ ਹੀ ਨਹੀਂ ਸਕਦੀ। ਇਸ ਕਰਕੇ ਇਹ ਇਮੀਡੀਏਟਲੀ ਸਰਕਾਰ ਨੂੰ ਫੈਸਲਾ ਵਾਪਸ ਲੈਣਾ ਚਾਹੀਦਾ। ਅਸਲੀ ਹੱਲ ਹੈ ਕਿ ਜਿਹੜੀ ਰਿਕਰੂਟਮੈਂਟ ਅਸੀਂ ਲਗਾਤਾਰ ਕਰ ਰਹੇ ਸੀਗੇ ਉਹਨੂੰ ਰਿਕਰੂਟਮੈਂਟ ਨੂੰ ਜਿਹੜੀ ਅੱਗੇ ਰਿਟਾਇਰਮੈਂਟ ਹੋ ਰਹੀ ਹੈ ਉਸ ਤੋਂ ਅੱਗੇ ਚਾਲੀ ਰੱਖਣੀ। ਤੁਸੀਂ ਸਿੱਖਿਆ ਮੰਤਰੀ ਰਹੇ ਹੋ, ਕੀ ਹੈ ਸਰਪਲਸ ਪੋਸਟਾਂ ਸੀਗੀਆਂ ਜੀ? ਦੇਖੋ 6 ਅਧਿਆਪਕ ਤਾਂ ਮਿਨੀਮਮ ਹੈ, ਹਾਂਜੀ, ਅਤੇ ਜੇ 6 ਤੋਂ ਵੱਧ ਹੈ ਤਾਂ ਤੁਸੀਂ ਲੈ ਲਓ, ਜੇ ਬੱਚੇ ਘੱਟ ਅਤੇ 6 ਵੀ ਨਹੀਂ ਪੂਰੇ ਹੈਗੇ, 6 ਦੇ ਵਿੱਚੋਂ ਦੋ ਦੋ ਲੈ ਰਹੇ ਆ ਬੜੀ ਚਲਾਕੀ ਦੇ ਨਾਲ। ਲੈਟਰ ਦੇ ਵਿੱਚ ਲਫ਼ਜ਼ ਸਰਪਲਸ ਲਿਖਿਆ, ਸਰਪਲਸ ਉੱਥੇ ਹੈ ਨਹੀਂ ਜੀ। ਅਧਿਆਪਕ ਯੂਨੀਅਨਾਂ ਵੀ ਸਾਰਿਆਂ ਨੇ ਰੌਲਾ ਪਾਇਆ ਵੀ ਇਹ ਬੇਈਮਾਨੀ ਹੈ ਕਿ ਤੁਸੀਂ ਕਾਲਜਾਂ ਦਾ ਘਰ ਪੂਰਾ ਕਰਨ ਵਾਸਤੇ ਵੀ ਕੱਲ੍ਹ ਨੂੰ ਕੋਈ ਇਤਰਾਜ਼ ਜੇ ਨਾ ਲਾਵੇ ਕੋਰਟ 'ਚ ਨਾ ਚਲਾ ਜਾਵੇ, ਤੁਸੀਂ ਵਰਡ ਲਿਖਤਾ ਕਿ ਸਰਪਲਸ ਅਧਿਆਪਕ, ਕਿਉਂਕਿ ਤੁਸੀਂ ਉਹ ਰਹੇ ਹੋ ਜਿਹੜੇ ਸਬਜੈਕਟ ਪੜ੍ਹਾ ਦੇ, ਇਹ ਬੇਈਮਾਨੀ ਹੈ, ਇਸ ਤਰ੍ਹਾਂ ਦੇ ਕੰਮ ਅਫਸਰਾਂ ਨੂੰ ਨਹੀਂ ਕਰਨੇ ਚਾਹੀਦੇ। ਚਲੋ ਮੰਨਿਆ ਸਰਪਲਸ ਜੇ ਮੰਨ ਲਿਆ ਜੀ ਹੈ ਵੀ ਹੈ, ਪਰ ਕੀ ਇੱਕ ਪੰਜਾਬੀ ਦਾ ਅਧਿਆਪਕ ਉਹ ਦੂਜੇ ਸਕੂਲ ਦੇ ਵਿੱਚ ਜਾ ਕੇ ਹਿੰਦੀ ਪੜ੍ਹਾ ਸਕਦਾ ਜੀ? ਬੱਚਿਆਂ ਦੇ ਭਵਿੱਖ ਦੇ ਕੀ ਅਸਰ ਪਏਗਾ? ਨਹੀਂ ਪੜ੍ਹਾ ਸਕਦਾ, ਕੋਈ ਵੀ ਵਿਸ਼ਾ ਜਿਹੜਾ ਹੈਗਾ ਦੂਜਾ ਅਧਿਆਪਕ ਨਹੀਂ ਪੜ੍ਹਾ ਸਕਦਾ। ਹਰ ਵਿਸ਼ੇ ਦਾ ਮਤਲਬ ਹੀ ਇਹ ਹੈ ਜੇ ਸਬਜੈਕਟ ਐਕਸਪਰਟ ਹੈਗਾ ਆਪਣੇ ਉਸ ਵਿਸ਼ੇ ਦਾ, ਦੂਜੇ ਨੂੰ ਦੇ ਦਿਓਗੇ ਤਾਂ ਉਹ ਕਿਵੇਂ ਪੜ੍ਹਾ ਲਊਗਾ? ਇਸ ਕਰਕੇ ਖਿਲਵਾੜ ਹੋ ਰਿਹਾ ਐਜੂਕੇਸ਼ਨ ਦੇ ਨਾਲ, ਨਵੇਂ ਨਵੇਂ ਤਜਰਬੇ, ਕਿਤੇ ਅੰਗਰੇਜ਼ੀ ਮੀਡੀਅਮ ਸਕੂਲ ਖੁੱਲ੍ਹਣੇ ਆ, ਪੰਜਾਬੀ ਵਾਸਤੇ ਤਾਂ ਅਧਿਆਪਕ ਨਹੀਂ ਪੜ੍ਹੇ, ਅਤੇ ਨਾਲ ਦੇ ਨਾਲ ਤੁਸੀਂ ਬੱਚਿਆਂ ਨੂੰ ਡਿਵਾਈਡ ਕਰਕੇ ਦੋ ਦੋ ਸੈਕਸ਼ਨ ਕਰ ਦਿਓਗੇ ਅਤੇ ਅਧਿਆਪਕ ਕਿੱਥੋਂ ਹੋਣਗੇ? ਇੱਕ ਨਵਾਂ ਅਧਿਆਪਕ ਭਰਤੀ ਨਹੀਂ ਕੀਤਾ, ਜੇ ਪਹਿਲੀ ਨਰਸਰੀ ਕਲਾਸਿਸ ਸ਼ੁਰੂ ਕੀਤੀਆਂ ਤਾਂ ਉਹਦੇ ਵਾਸਤੇ ਕੋਈ ਅਧਿਆਪਕ ਨਹੀਂ ਭਰਤੀ ਕੀਤਾ। ਕੁਝ ਦਿਨ ਪਹਿਲੇ ਤਾਂ ਕਹਿੰਦੇ ਆ ਜੀ ਕਮੀ ਕਾਰਨ, ਸਟਾਫ ਦੀ ਕਮੀ ਕਾਰਨ ਸਕੂਲ ਮਰਜ ਕਰ ਰਹੇ ਆ, ਹੁਣ ਸਰਪਲਸ ਹੋ ਗਏ, ਅਤੇ 1 ਤਰੀਕ ਤੋਂ ਜਿਹੜਾ ਅੰਗਰੇਜ਼ੀ ਲਾਗੂ ਕੀਤੀ ਜਾ ਰਹੀ ਜੀ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਨਹੀਂ ਸਮਝਦਾ ਕਿ ਹਾਲੇ ਗੌਰਮੈਂਟ ਨੂੰ ਇਹਨਾਂ ਤਜਰਬਿਆਂ ਦੇ ਵਿੱਚ ਪੈਣਾ। ਸਾਡੇ ਕੋਲ ਜਿਹੜੇ ਬੱਚੇ ਆਉਂਦੇ ਆ ਗਰੀਬ ਪਰਿਵਾਰਾਂ ਦੇ ਆਉਂਦੇ ਆ, ਔਰ ਆਲਰੇਡੀ ਜਿਹੜੀ ਸਰਕਾਰੀ ਸਕੂਲਾਂ ਦੀ ਸ਼ਿਕਾਇਤ ਹੈ ਕਿ ਬੱਚੇ ਘੱਟ ਆ, ਜੇ ਉਹਨਾਂ ਬੱਚਿਆਂ ਨੂੰ ਤੁਸੀਂ ਦੋ ਦੋ ਸੈਕਸ਼ਨਾਂ 'ਚ ਵੰਡ ਦਿਓਗੇ, ਇੱਕ ਪੰਜਾਬੀ ਮੀਡੀਅਮ ਦਾ ਸੈਕਸ਼ਨ, ਇੱਕ ਦੂਜਾ, ਅਤੇ ਟੀਚਰ ਦੀ ਵੇਸਟੇਜ ਬਹੁਤ ਹੋਊਗੀ। ਦੂਜੀ ਗੱਲ ਆ, ਪਹਿਲਾਂ ਇੰਗਲਿਸ਼ ਮੀਡੀਅਮ ਪੜ੍ਹਾਉਣ ਵਾਲੇ ਟੀਚਰ ਤਾਂ ਭਰਤੀ ਕਰੋ, ਜੇ ਤੁਸੀਂ ਸਾਰੇ ਸਬਜੈਕਟ ਇੰਗਲਿਸ਼ ਦੇ ਮੀਡੀਅਮ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣਾ ਤਾਂ ਟੀਚਰ ਵੀ ਤੁਸੀਂ ਉਸ ਇੰਗਲਿਸ਼ ਮੀਡੀਅਮ ਵਾਲੇ ਬੈਕਗਰਾਊਂਡ ਦੇ ਜਿਹੜੇ ਭਰਤੀ ਕਰਦੇ ਨਵੇਂ ਤੌਰ 'ਤੇ, ਅਧਿਆਪਕ ਤੁਸੀਂ ਪੰਜਾਬੀ ਵਾਲੇ ਉੱਧਰ ਕਰੀ ਜਾ ਰਹੇ ਹੋ ਤਾਂ ਉੱਧਰ ਇਹੋ ਜਿਹੇ ਤਜਰਬੇ ਤਾਂ ਪਤਾ ਹੀ ਹੈ ਫੇਲ ਹੋਣੇ, ਅਧਿਆਪਕ ਵੀ ਦੁਖੀ ਹੋ ਰਹੇ ਆ ਅਤੇ ਨਾਲ ਸਿਸਟਮ ਦਾ ਵੀ ਪੱਠਾ ਪੈ ਰਿਹਾ। ਬਹੁਤ ਸ਼ੁਕਰੀਆ। ਸੋ ਇਹ ਸਨ ਡਾਕਟਰ ਦਲਜੀਤ ਸਿੰਘ ਚੀਮਾ ਜੀ, ਜਿਨ੍ਹਾਂ ਨੇ ਪੰਜਾਬ ਸਰਕਾਰ ਦੇ ਫੈਸਲਿਆਂ ਬਾਰੇ ਆਪਣਾ ਪੱਖ ਕਲੀਅਰ ਕੀਤਾ ਹੈ ਕਿ ਪੰਜਾਬ ਸਰਕਾਰ ਨੂੰ ਅਜੇ ਵੀ ਫੈਸਲਿਆਂ ਦੇ ਉੱਤੇ ਵਿਚਾਰ ਕਰ ਲੈਣੀ ਚਾਹੀਦੀ ਹੈ, ਕਿਉਂਕਿ 1 ਤਰੀਕ ਤੋਂ ਇੰਗਲਿਸ਼ ਵੀ ਲਾਗੂ ਕੀਤੀ ਜਾ ਰਹੀ ਹੈ, ਪਰ ਜਿਵੇਂ ਚੀਮਾ ਸਾਹਿਬ ਦੱਸ ਚੁੱਕੇ ਨੇ ਕਿ ਅੰਗਰੇਜ਼ੀ ਪੜ੍ਹਾਉਣ ਦੇ ਲਈ ਅੰਗਰੇਜ਼ੀ ਵਾਲੇ ਅਧਿਆਪਕ ਚਾਹੀਦੇ ਨੇ, ਅਤੇ ਦੂਜੀ ਗੱਲ
ਟਰੱਕ ਡਰਾਈਵਰ ਨੂੰ ਕਿਹਾ ਜਾ ਰਿਹਾ ਕਿ ਉਹ ਰੇਲ ਗੱਡੀ ਚਲਾਏ, ਉਹ ਨਹੀਂ ਚਲਾ ਸਕਦਾ। ਪੰਜਾਬੀ ਦਾ ਅਧਿਆਪਕ ਪੰਜਾਬੀ ਪੜ੍ਹਾਏਗਾ, ਪੰਜਾਬੀ ਦਾ ਅਧਿਆਪਕ ਹਿੰਦੀ ਨਹੀਂ ਪੜ੍ਹਾ ਸਕਦਾ। ਸੋ ਅਜਿਹੇ ਫੈਸਲੇ ਦੇ ਉੱਤੇ ਸਰਕਾਰ ਨੂੰ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। D5 ਚੈਨਲ ਪੰਜਾਬੀ ਦੇ ਲਈ ਜਗਦੀਪ ਸਿੰਘ ਥਲੀ, ਰੋਪੜ।